ਸੜਕ ਹਾਦਸੇ ਦਾ ਸ਼ਿਕਾਰ ਹੋਈ ਇੱਕ ਗੱਡੀ ਦੇ ਰਾਤੋ ਰਾਤ ਚਾਰੋ ਟਾਇਰ ਚੋਰੀ ਹੋ ਗਏ ਨੇ। ਦੱਸ ਦਈਏ ਕਿ ਜਦੋਂ ਮਾਲਕ ਆਪਣੀ ਗੱਡੀ ਨੂੰ ਲੈਣ ਦੇ ਲਈ ਉਸ ਥਾਂ ਦੇ ਉੱਤੇ ਪਹੁੰਚਦਾ ਹੈ ਤਾਂ ਗੱਡੀ ਦੀ ਦਸ਼ਾ ਦੇਖ ਕੇ ਉਸਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ, ਕਿਉਂਕਿ ਸੜਕ ਹਾਦਸਾ ਵਾਪਰਿਆ ਹੁੰਦਾ ਕਾਰ ਦੇ ਨਾਲ, ਡਿਵਾਈਡਰ ਦੇ ਨਾਲ ਕਾਰ ਜਾ ਟਕਰਾਉਂਦੀ ਹੈ, ਜਿਸ ਤੋਂ ਬਾਅਦ ਜੋ ਕਾਰ ਦਾ ਮਾਲਕ ਹੁੰਦਾ ਉਹ ਆਪਣੀ ਕਾਰ ਨੂੰ ਉੱਥੇ ਹੀ ਛੱਡ ਕੇ ਰਾਤ ਦਾ ਸਮਾਂ ਹੁੰਦਾ ਅਤੇ ਘਰੇ ਚਲਾ ਜਾਂਦਾ ਅਤੇ ਸਵੇਰੇ ਜਦੋਂ ਆ ਕੇ ਦੇਖਦਾ ਤਾਂ ਗੱਡੀ ਦੇ ਚਾਰੋ ਹੀ ਟਾਇਰ ਗਾਇਬ ਹੁੰਦੇ ਨੇ, ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਮਾਲਕ ਦੇ ਵੀ ਹੋਸ਼ ਉੱਡ ਜਾਂਦੇ ਨੇ। ਤਾਂ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਕਾਰ ਜਦੋਂ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਤਾਂ ਉਸ ਤੋਂ ਬਾਅਦ ਉਸ ਕਾਰ ਦਾ ਜੋ ਮਾਲਕ ਹੈ ਉਹ ਉਸਨੂੰ ਵਿਚਕਾਰ ਹੀ ਛੱਡ ਕੇ ਘਰੇ ਚਲਾ ਜਾਂਦਾ ਅਤੇ ਫਿਰ ਦੱਸਿਆ ਜਾ ਰਿਹਾ ਕਿ ਜੋ ਚੋਰ ਸੀ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਗੱਡੀ ਦਾ ਸ਼ੀਸ਼ਾ ਤੋੜਿਆ ਜਾਂਦਾ ਅਤੇ ਫਿਰ ਉਸਦੇ ਵਿੱਚੋਂ ਟੂਲ ਕੱਢੇ ਜਾਂਦੇ ਨੇ। ਟੂਲ ਕੱਢਣ ਤੋਂ ਬਾਅਦ ਗੱਡੀ ਦੇ ਚਾਰੋ ਟਾਇਰ ਹੀ ਉਹਨਾਂ ਦੇ ਵੱਲੋਂ ਚੋਰੀ ਕਰ ਲਏ ਗਏ ਨੇ। ਤਾਂ ਦੱਸ ਦਈਏ ਕਿ ਮਾਲਕ ਦੇ ਵੱਲੋਂ ਹੁਣ ਦੂਸਰੇ ਟਾਇਰ ਲਿਆ ਕੇ ਇਸ ਗੱਡੀ ਦੇ ਵਿੱਚ ਪਾਏ ਗਏ ਨੇ। ਮਹਿਜ਼ ਕਿਹਾ ਜਾ ਰਿਹਾ ਕਿ ਰਾਤੋ ਰਾਤ ਇਹ ਟਾਇਰ ਚੋਰੀ ਕੀਤੇ ਗਏ ਨੇ, ਜਦਕਿ ਜੋ ਗੱਡੀ ਹੈ ਬਿਲਕੁਲ ਹੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿੱਥੇ ਘਣੀ ਆਬਾਦੀ ਰਹਿੰਦੀ ਹੈ, ਲੋਕਾਂ ਦਾ ਉੱਥੇ ਕਾਫੀ ਆਉਣਾ ਜਾਣਾ, ਨੇੜੇ ਹੀ ਥਾਣਾ ਪੈਂਦਾ ਹੈ। ਤਾਂ ਉੱਥੇ ਦੱਸਿਆ ਜਾ ਰਿਹਾ ਕਿ ਹਾਦਸੇ ਦਾ ਅਚਾਨਕ ਹੀ ਰਾਤ ਨੂੰ ਸ਼ਿਕਾਰ ਹੋ ਜਾਂਦੀ ਹੈ, ਡਰਾਈਵਰ ਦੀ ਅੱਖਾਂ ਦੇ ਵਿੱਚ ਲਾਈਟ ਪੈ ਜਾਂਦੀ ਹੈ ਦੂਸਰੀ ਗੱਡੀ ਦੀ, ਅਤੇ ਉਸ ਤੋਂ ਬਾਅਦ ਕਾਰ ਉਸਦਾ ਸੰਤੁਲਨ ਖੋ ਬੈਂਦੀ ਹੈ। ਸੰਤੁਲਨ ਖੋਣ ਤੋਂ ਬਾਅਦ ਸਿੱਧਾ ਹੀ ਡਿਵਾਈਡਰ ਦੇ ਵਿੱਚ ਜਾ ਵੱਜਦੀ ਹੈ, ਜਿਸ ਤੋਂ ਬਾਅਦ ਗੱਡੀ ਬੁਰੇ ਤਰੀਕੇ ਦੇ ਨਾਲ ਅੱਗੋਂ ਨੁਕਸਾਨੀ ਜਾਂਦੀ ਹੈ ਅਤੇ ਡਰਾਈਵਰ ਜੋ ਹੈ ਗੱਡੀ ਦਾ ਜੋ ਮਾਲਕ ਹੈ ਉਹ ਉੱਥੇ ਹੀ ਕਾਰ ਨੂੰ ਛੱਡ ਕੇ ਘਰੇ ਚਲਾ ਜਾਂਦਾ ਹੈ। ਅਤੇ ਫਿਰ ਜਦੋਂ ਆ ਕੇ ਦੇਖਦਾ ਹੈ ਸਵੇਰੇ ਤਾਂ ਉਸਦੇ ਵੀ ਇੱਕ ਵਾਰ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ, ਕਿਉਂਕਿ ਗੱਡੀ ਨਵੀਂ ਸੀ, ਟਾਇਰ ਵੀ ਨਵੇਂ ਸੀ ਅਤੇ ਚਾਰੋ ਹੀ ਟਾਇਰ ਉੱਥੋਂ ਗਾਇਬ ਹੁੰਦੇ ਨੇ। ਜਿਸ ਤੋਂ ਬਾਅਦ ਹੁਣ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਆਲੇ ਦੁਆਲੇ ਲੱਗੇ CCTV ਫੁਟੇਜ ਨੂੰ ਖੰਗਾਲਿਆ ਜਾ ਰਿਹਾ। ਤਾਂ ਅਬੋਹਰ ਤੋਂ ਇਹ ਮਾਮਲਾ ਸਾਹਮਣੇ ਆਇਆ, ਉੱਥੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਇੱਥੇ ਜੋ ਵਾਰਦਾਤਾਂ ਨੇ ਉਹ ਵੱਧ ਰਹੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਕੁੰਭਕਰਨੀ ਨੀਂਦ ਸੁੱਤਾ ਹੋਇਆ ਜਾਪ ਰਿਹਾ। ਰਾਤ ਨੂੰ ਮੈਂ ਆ ਰਿਹਾ ਸੀ ਆਪਣੇ ਕੰਮ ਤੋਂ, ਟਾਣੀ ਜਾ ਰਿਹਾ ਸੀ ਅਤੇ ਇੱਥੇ ਪਾਣੀ ਭਰਾਉਣ ਕਰਕੇ ਕੋਈ ਅਵਾਰਾ ਪਸ਼ੂ ਵੀ ਹੋਇਆ ਸੀ ਅਤੇ ਅੱਗੋਂ ਲਾਈਟ ਵੱਜੀ ਮੈਨੂੰ ਗੱਡੀ ਦੀ, ਲਾਈਟ ਦਾ ਪਤਾ ਨਹੀਂ ਲੱਗਿਆ ਨਾ ਹੀ ਉਹਦੇ ਕੋਈ ਸਟੋਪਰ ਹੈਗਾ। ਅਤੇ ਮੈਂ ਰਾਤ 10:30 ਵਜੇ ਮੇਰਾ ਬ੍ਰਦਰ ਨੂੰ ਫੋਨ ਕੀਤਾ, ਉਹ ਮੈਨੂੰ ਲੈ ਗਿਆ ਡਾਕਟਰ ਕੋਲ, ਉੱਥੇ ਦਿਖਾਇਆ ਅਤੇ ਉਹਨਾਂ ਨੇ ਮੈਨੂੰ ਘਰੇ ਛੱਡਤਾ। ਤੋਂ ਬਸ ਹੀ ਆਏ ਹਾਂ 5:30 ਵਜੇ, ਤਾਂ ਗੱਡੀ ਦੇ ਚਾਰੇ ਟਾਇਰ ਨਹੀਂ ਸੀ, ਸ਼ੀਸ਼ਾ ਟੁੱਟ ਗਿਆ ਸੀ, ਵਿੱਚੋਂ ਸਮਾਨ ਲੈ ਗਿਆ ਜੀ ਕੱਢ ਕੇ, ਪਾਨਾ ਪੁਨਾ ਅਤੇ ਇੱਕ ਖੋਆ ਭਰਨ ਵਾਲੀ ਮਸ਼ੀਨ ਸੀ। ਦੇਖੋ ਜੀ, ਇੰਨੇ ਹੌਸਲੇ ਬੁਲੰਦ ਹੈ ਕਿ ਮੇਨ ਰੋਡ ਦੇ ਨਾਲ ਦੋ ਪੁਲਿਸ ਥਾਣੇ ਹੋਣ ਤੋਂ ਬਾਅਦ ਵੀ ਲੋਕ ਇੱਥੋਂ ਨੂੰ ਛੱਡਦੇ ਅਤੇ ਘਰਾਂ ਤੋਂ ਤਾਂ ਕੀ ਛੱਡਣਗੇ, ਕੀ ਉਮੀਦ ਲਾ ਸਕਦੇ ਹਾਂ ਵੀ ਜਿਹੜੇ ਲੋਕ ਸੁਰੱਖਿਅਤ ਹਨ। ਸਕਦੇ ਹਾਂ ਵੀ ਜਿਹੜੇ ਬੰਦੇ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ ਅਤੇ ਸਾਨੂੰ ਸਾਡਾ ਸਮਾਨ ਦਿੱਤਾ ਜਾਵੇ, ਵਾਪਸ ਦਵਾਇਆ ਜਾਵੇ। ਸਰ ਹਾਦਸਾ ਕੁਛ ਨਹੀਂ ਜੀ, ਇੰਨੇ ਦੁਖੀ ਹੈ, ਇਹ ਅਬੋਹਰ ਸ਼ਹਿਰ ਦਾ ਬਿਲਕੁਲ ਬੇੜਾ ਗਰਕਿਆ ਪਿਆ, ਕਾਨੂੰਨ ਵਿਵਸਥਾ ਦਾ ਬਿਲਕੁਲ ਬੁਰਾ ਹਾਲ ਹੈ। ਦੇਖੋ ਨੇੜੇ ਥਾਣਾ, ਨੇੜੇ ਚੌਂਕ ਹੈ, ਅੱਜ ਇਹ ਕੋਈ ਐਕਸੀਡੈਂਟ ਹੋ ਗਿਆ ਤਾਂ ਰਾਤ ਨੂੰ ਕੋਈ ਟਾਇਰ ਹੀ ਲਾ ਕੇ ਲੈ ਗਿਆ ਗੱਡੀ ਦੇ। ਇਹ ਚੌਂਕ ਦੇ ਨੇੜੇ ਦੇਖੋ ਵੀ ਜਿਹੜਾ ਚੌਂਕ ਦਿਨ ਰਾਤ ਚੱਲਦਾ, ਔਰ ਪੁਲਿਸ ਦਾ ਦੇਖੋ ਇੱਥੇ ਕੀ ਹੈ, ਕਿੱਥੇ ਆਪਣੀ ਥਾਣੇ ਦੀ ਪੁਲਿਸ, ਕਿੱਥੇ ਪ੍ਰਸ਼ਾਸਨ, ਕਿੱਥੇ ਸ਼ਹਿਰ। ਕਦੀ DJ ਵਾਲਿਆਂ 'ਤੇ ਹਮਲਾ ਹੁੰਦਾ, ਕਦੀ ਕੋਈ ਤਲਵਾਰਾਂ ਲੈ ਕੇ ਘਰੇ 'ਚ ਵੜਦਾ, ਇਹ ਅਬੋਹਰ ਦਾ ਕੀ, ਪੁਲਿਸ ਦਾ ਕੀ ਹਾਲ ਹੈ ਜੀ? ਇਹ ਦੇਖੋ ਹਾਲ ਤੁਹਾਡੇ ਸਾਹਮਣੇ ਹੈ ਸਾਰਾ ਕੁਛ, ਵੀ ਰਾਤ ਨੂੰ ਇੱਕ ਕਿਸੇ ਦਾ ਹਾਦਸਾ ਹੋ ਗਿਆ, ਉਹਦੇ ਟਾਇਰ ਹੀ ਲਾ ਕੇ ਲੈ ਗਿਆ ਕੋਈ, ਇਹਦੋਂ ਮਾੜੀ ਘਟਨਾ ਕੀ ਹੋਊਗੀ? ਜੇ ਮੋਟਰਸਾਈਕਲ 'ਤੇ ਜਾਓ ਤਾਂ ਚਲਾਨ ਕੱਟੇ ਜਾਂਦੇ ਹੈ, ਕੱਟੋ। ਕਾਰ 'ਤੇ ਜਾਓ, ਨਜਾਇਜ਼ ਆ, ਗਲਤੀ ਹੈ, ਚਲਾਨ ਕੱਟੇ ਜਾਂਦੇ, ਕੱਟੋ। ਪਰ ਸਾਨੂੰ ਕੋਈ ਸੁਵਿਧਾ ਵੀ ਤਾਂ ਦਿਓ, ਹੈ ਨਹੀਂ ਸਰ, ਪੰਜਾਬ ਦੇ ਵਿੱਚ ਰਹਿਣਾ ਔਖਾ ਹੋਇਆ ਪਿਆ। ਇਹ ਮੇਨ ਅਬੋਹਰ ਦਾ ਹੀ ਇਹ ਹਾਲ ਹੈ, ਕਦੀ ਤਰਵਾਲਾ ਚੱਲਦੀਆਂ, ਕਦੀ ਕਾਪੇ ਚੱਲਦੇ ਆ, ਚਾਹੇ ਤੁਸੀਂ ਜੰਮੂ ਬਸਤੀ ਲੈ ਲਓ, ਆ ਤੁਸੀਂ ਥੋੜ੍ਹੇ ਦਿਨ ਪਹਿਲਾਂ ਨਈਵਾਦੀ ਦੀ ਘਟਨਾ ਲੈ ਲਓ, ਨਾਨਕ ਨਗਰੀ DJ ਵਾਲੇ ਦੀ ਘਟਨਾ ਲੈ ਲਓ, ਕਿੱਥੇ ਕਾਨੂੰਨ? ਹੈ ਨਹੀਂ ਕਾਨੂੰਨ, ਹੈ ਨਹੀਂ ਸਰ, ਵਿਸ਼ਵਾਸ ਉੱਡਦਾ ਜਾ ਰਿਹਾ। ਚੋਰਾਂ ਦਾ ਬੁਰਾ ਹਾਲ ਹੈ ਜੀ, ਨਸ਼ੇੜੀਏ ਬੰਦੇ ਨੇ ਜੀ ਜਿਹੜੇ ਚੋਰੀਆਂ ਕਰਦੇ ਨੇ। ਪਰਸੋਂ ਸਾਡੇ ਵੱਡੇ ਭਰਾ ਦਾ ਬੈਂਟਰਾ ਚੋਰੀ ਹੋਇਆ ਜੀ, ਪੰਪ 'ਤੇ ਬੈਕ ਸਾਈਡ ਗੱਡੀ ਖੜ੍ਹੀ ਹੋਈ,
ਅੱਜ ਇਹਨਾਂ ਨੇ ਟਾਇਰ ਲਾ ਕੇ 3 ਵਜੇ ਤੱਕ ਟਾਇਰ ਸਹੀ ਸੀ, 5 ਵਜੇ ਟਾਇਰ ਗਿਆ ਵੀ 4 ਵਜੇ। ਚੋਰਾਂ ਦਾ ਬਹੁਤ ਬੁਰਾ ਹਾਲ ਹੈ, ਪੁਲਿਸ ਨੂੰ ਚਾਹੀਦਾ ਵੀ ਚੋਰਾਂ ਨੂੰ ਪਕੜੋ, ਜਵਾਕਾਂ ਨੂੰ ਕਦੋਂ ਪਕੜਦੇ ਜੇ, 25-25 ਹਜ਼ਾਰ ਰੁਪਏ ਚਲਾਨ ਕਰਦੇ ਜੇ ਜਵਾਕਾਂ ਦਾ, ਵੀ ਚੋਰਾਂ ਨੂੰ ਕੋਈ ਨਹੀਂ ਪਕੜਦੇ। ਪਾਣੀ ਭਰਿਆ ਸੀ ਡਿਵਾਈਡਰ ਤੱਕ ਜੀ, ਠੀਕ ਹੈ, ਡਿਵਾਈਡਰ ਵਿਖਿਆ ਨਹੀਂ ਗਾ ਜੀ, ਗੱਡੀ ਕੰਟਰੋਲ ਨਹੀਂ ਹੋਈ, ਡਿਵਾਈਡਰ 'ਤੇ ਚੜ ਗਈ ਜੀ। ਠੀਕ ਠੀਕ, 11-12 ਵਜੇ ਅਸੀਂ ਇੱਥੋਂ ਗਏ ਹਾਂ ਜੀ, ਉਸ ਤੋਂ ਬਾਅਦ ਚਲੇ ਗਏ, ਕਰੇਨ ਮਿਲੀ ਨਹੀਂ ਸੀ, ਕੋਈ ਪਾਣੀ ਭਰਿਆ ਹੋਇਆ ਸੀ ਸਾਰਾ ਡਿਵਾਈਡਰ ਦੇ ਉੱਪਰ, ਡਿਵਾਈਡਰ 'ਤੇ ਅੱਗੇ ਕੋਈ ਰੈੱਡ ਕਲਰ ਦਾ ਕੁਛ ਲਾਉਣਾ ਚਾਹੀਦਾ ਜੀ।